उस गुरुद्वारे दे विच 9 तरीक नूं मनाया गया है, मगर जिहड़ी मर्यादा है ओह गाल तक दी है। अज सेवादार पंजाब वाले साथ संगत दे सहयोग नाल जीपीसी श्रीनगर दे सहयोग नाल ये जरा गुरपुरब है मना रहे हैं। ਤੇ ਇਸ ਸਮੇਂ ਤੁਹਾਨੂੰ ਮੈਂ ਦੱਸਦੀ ਹਾਂ ਕਿ ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਪਿੱਛੇ
ਆਪਣੀ ਮਾਇਆ ਦੇ ਪਿੱਛੇ ਇਸ ਤਰ੍ਹਾਂ ਭੱਜਦੇ ਹਾਂ ਤਾਂ ਕਿਸ ਤਰ੍ਹਾਂ ਮੈਨੇ ਕੀ ਫੇਜ਼ ਆਪਣੀ ਜ਼ਿੰਦਗੀ ਦੇ ਵਿੱਚ ਵੇਖੇ ਅਤੇ ਕਿਸ ਤਰ੍ਹਾਂ ਉਸ ਤੋਂ ਇੱਕ ਹੀਰੇ ਦੇ ਵਜੋਂ ਬਾਹਰ ਨਿਕਲ ਕੇ ਆਏ ਅਤੇ ਉਸ ਹੀਰੇ ਦੀ ਫਿਰ ਪਰਖ ਕਿਸਨੇ ਕੀਤੀ ਮੈਂ ਤੁਹਾਨੂੰ ਇਸ ਦੇ ਬਾਰੇ ਵੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਦਿੰਦੀ ਹਾਂ ਤਾਂ ਜਦੋਂ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਾਡਾ ਤਾਂ ਮਨ ਇਹ ਕਰਦਾ ਹੈ ਆਪਾਂ ਜੇਠਾ ਜੀ ਕਿਉਂਕਿ ਉਸ ਘਰ ਦੇ ਵੱਡੇ ਪੁੱਤਰ ਸਨ ਆਪਣੇ ਮਾਤਾ ਪਿਤਾ ਦੇ ਜਿਸ ਕਰਕੇ ਉਹਨਾਂ ਦਾ ਉਸ ਸਮੇਂ ਦਾ ਨਾਮ ਜੇਠਾ ਜੀ ਸੀ ਜਿਹਨਾਂ ਨੂੰ ਅੱਜ ਆਪਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਨਾਮ ਵਜੋਂ ਜਾਣਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਮਨ ਕਰਦਾ ਹੈ ਕਿ ਆਪਾਂ ਭਾਈ ਜੇਠਾ ਜੀ ਨੂੰ ਵੀ ਜੇਠੇ ਪੁੱਤ ਨੂੰ ਵੀ ਆਪਾਂ ਇਹਨਾਂ ਦੇ ਨਾਲ ਹੀ ਸੰਸਕਾਰ ਦੇਈਏ ਆਪਣੇ ਮਾਤਾ ਪਿਤਾ ਦੇ ਨਾਲ ਹੀ ਇਹ ਸੀ ਉਹਨਾਂ ਦੀ ਉਸ ਸਮੇਂ ਦੀ ਸੋਚ ਉਹਨੇ ਕਿਹਾ ਕਿ ਇਹ ਸਾਡੇ ਲਈ ਇੱਕ ਭਾਰ ਹਨ ਸਾਡੇ ਲਈ ਬਰਡਨ ਹੋਏਗਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਇਹਨਾਂ ਦੇ ਨਾਲ ਹੀ ਸੰਸਕਾਰਿਆ ਜਾਵੇ ਪਰ ਉਹਨਾਂ ਦੀ ਨਾਨੀ ਜੀ ਨੇ ਉਹਨਾਂ ਦੀ ਮਟਰਨਲ ਗ੍ਰੈਂਡ ਮਦਰ ਨੇ ਉਹਨਾਂ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਆਪਣੀ ਨਾਨੀ ਜੀ ਦੇ ਨਾਲ ਹੀ ਰਹਿੰਦੇ ਨੇ ਜਿੱਥੇ ਉਹ ਨਾਮ ਜਪਦੇ ਸਨ ਆਪਣੀ ਪੂਰੀ ਟੀਚਿੰਗ ਜੋ ਪੁਰਾਣੇ ਗੁਰੂ ਸਾਹਿਬਾਂ ਨੇ ਦਿੱਤੀ ਸਨ ਪਹਿਲੇ ਤੋਂ ਜਾਮਿਆਂ ਦੇ ਵਿੱਚ ਜੋ ਗੁਰੂ ਨੇ ਗੁਰੂ ਸਨ ਉਹਨਾਂ ਨੇ ਜੋ ਟੀਚਿੰਗ ਦਿੱਤੀਆਂ ਸਨ ਕਿਰਤ ਕਰਨ ਦੀ ਨਾਮ ਜਪਣ ਦੀ ਉਹ ਦੋਵੇਂ ਚੀਜ਼ਾਂ ਕਰਦੇ ਸਨ ਜਿਹਨਾਂ ਨੂੰ ਅਸੀਂ ਘੁੰਗਰੀਆਂ ਕਹਿੰਦੇ ਹਾਂ ਉਬਲੇ ਹੋਏ ਚਿੱਪੀਸ ਛੋਲੇ ਉਹ ਵੇਚ ਕੇ ਆਪਣੀ ਰੋਜ਼ੀ ਕਮਾਉਂਦੇ ਸਨ ਅਤੇ ਆਪਣੇ ਨਾਨੀ ਦਾ ਵੀ ਹੱਥ ਪਟਾਉਂਦੇ ਸਨ ਘਰ ਦੇ ਕੰਮਾਂ ਦੇ ਵਿੱਚ ਇਹ ਸੀ ਉਹਨਾਂ ਦੇ ਉੱਤੇ ਬਾਲਕ ਹੋਣੇ ਦੀ ਅਵਸਥਾ ਜਦ ਉਹ ਖਾਲੀ 7-8 ਸਾਲਾਂ ਦੇ ਸਨ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਆਪਣੀ ਨਾਨੀ ਦੇ ਨਾਲ ਜਦੋਂ ਰਹਿਣ ਲੱਗੇ ਤਾਂ ਆਹਿਸਤਾ ਆਹਿਸਤਾ ਉਹਨਾਂ ਨੇ ਗੋਇੰਦਵਾਲ ਵਿੱਚ ਸ਼ਿਫਟ ਕੀਤਾ ਗੋਇੰਦਵਾਲ ਸਾਹਿਬ ਜੋ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਹਿਣ ਤੇ ਵਸਾਇਆ ਸੀ ਜਿੱਥੇ ਫਿਰ ਉਹਨਾਂ ਦੀ ਮੁਲਾਕਾਤ ਗੁਰੂ ਅਮਰਦਾਸ ਜੀ ਪਾਤਸ਼ਾਹ ਨਾਲ ਹੋਈ ਅਤੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਅਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਬੇਟੀ ਯਾਨੀ ਕਿ ਬੀਬੀ ਭਾਨੀ ਜੀ ਦਾ ਵਿਆਹ ਆਨੰਦ ਕਾਰਜ ਗੁਰੂ ਰਾਮਦਾਸ ਜੀ ਪਾਤਸ਼ਾਹ ਨਾਲ ਕਰਾਇਆ ਇੱਥੇ ਮੈਂ ਤੁਹਾਨੂੰ ਦੱਸਦੀ ਹਾਂ ਜੋ ਮੈਂ ਤੁਹਾਨੂੰ ਕਿਹਾ ਸੀ ਫੇਜ਼ ਟ੍ਰਾਂਜ਼ੀਸ਼ਨ ਦਾ ਮਤਲਬ ਕਿ ਜਦੋਂ ਉਹ ਛੋਟੀ ਉਮਰ ਦੇ ਸਨ ਅਤੇ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਚਨ ਸਨ ਕਿ ਇਹਨਾਂ ਨੂੰ ਵੀ ਅੱਗ ਦੇ ਵਿੱਚ ਹੀ ਸਾੜ ਦੇਵੋ ਇਹਨਾਂ ਦਾ ਵੀ ਸੰਸਕਾਰ ਕਰ ਦੇਵੋ ਅਤੇ ਜਦੋਂ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਆਇਆ ਕਿ ਹੁਣ ਇਹ ਗੁਰੂ ਘਰ ਦੇ ਜਵਾਈ ਬਣ ਗਏ ਨੇ ਤਾਂ ਉਹ ਕਹਿਣ ਲੱਗੇ ਆਪਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ ਮਹਿਲ ਵੇਖਣ ਚੱਲੀਏ ਅਸੀਂ ਸਾਰੇ ਉਹਨਾਂ ਨੂੰ ਮਿਲ ਕੇ ਆਈਏ ਜਦੋਂ ਉੱਥੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਮੁੰਡਾ ਇੱਕ ਬਣ ਚੁੱਕੀ ਫਿਰਦਾ ਹੈ ਪੂਰਾ ਲੁਬੜਿਆ ਹੋਇਆ ਕਿਹਦੇ ਵਿੱਚ ਕਿੱਚੜ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਇੱਥੇ ਆਈ ਤੇ ਉਹਨਾਂ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਕਿਹਾ ਸਾਨੂੰ ਤੂੰ ਦੱਸ ਸਕਦਾ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਕਿੱਥੇ ਰਹਿੰਦੇ ਨੇ ਉਹਨਾਂ ਦਾ ਮਹਿਲ ਕਿਹੜਾ ਹੈ ਤਾਂ ਉਹਨਾਂ ਨੇ ਕਿਹਾ ਤੁਸੀਂ ਜੇਠੇ ਨੂੰ ਲੱਭਦੇ ਹੋ ਮੈਂ ਜੇਠਾ ਹਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਰੋਸ ਜਾ ਕੇ ਉਹਨਾਂ ਰਿਸ਼ਤੇਦਾਰਾਂ ਦੇ ਮਨ ਵਿੱਚ ਤੇ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਚਲੇ ਗਏ ਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਇਹ ਤਾਂ ਛੋਟਾ ਮੁੰਡਾ ਹੈ ਪਰ ਤੁਹਾਡੇ ਤਾਂ ਪਰਵੱਟੇ ਵੀ ਚਿੱਟੇ ਹੋ ਗਏ ਨੇ ਤੁਸੀਂ ਇਹਨਾਂ ਤੋਂ ਕੀ ਕਰਾ ਰਹੇ ਹੋ ਇਹ ਸਨ ਫੇਸ ਟ੍ਰਾਂਜ਼ੀਸ਼ਨਸ ਐਸੇ ਐਸਾ ਸਮਾਂ ਵੀ ਉਹਨਾਂ ਨੇ ਦੇਖਿਆ ਹੈ ਜਦੋਂ ਪਹਿਲਾਂ ਉਹਦੇ ਰਿਸ਼ਤੇਦਾਰ ਉਹਨਾਂ ਨੂੰ ਪਸੰਦ ਨਹੀਂ ਕਰਦੇ ਸਨ ਬਾਅਦ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਕੋਲ ਆਏ ਤਾਂ ਕਿਸ ਤਰ੍ਹਾਂ ਉਹਨਾਂ ਦਾ ਰਵੱਈਆ ਜੋ ਸੀ ਉਹ ਚੇਂਜ ਹੋ ਚੁੱਕਿਆ ਸੀ ਇਤਿਹਾਸ ਦੀ ਗੱਲਾਂ ਤਾਂ ਆਪਾਂ ਅੱਗੇ ਵਧਾਉਂਦੇ ਹੀ ਰਵਾਂਗੇ ਪਰ ਉਸ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਅਸੀਂ ਬੱਚਿਆਂ ਦੇ ਪ੍ਰੋਗਰਾਮ ਨੂੰ ਆਰੰਭੀਏ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਹੈ ਤੇ ਪਹਿਲਾ ਸੱਦਾ ਮੈਂ ਦੇਵਾਂਗੀ ਪਹਿਲੇ ਜੋ ਮੈਂ ਵਿਦੇ ਕਰਾਂਗੀ ਉਹ ਹੈ ਹਰਵਿੰਦਰ ਸਿੰਘ ਸਾਰੀ ਸਾਧ ਸੰਗਤ ਜੀ ਆਓ ਗੁਰੂ ਪਿਤਾ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਵਨੀਤ ਕੌਰ ਹੈ ਤੇ ਮੈਂ ਅੱਜ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਫੌਜ ਖਾਲਸਾ ਦੇ ਬਣੀਏ ਸਿਪਾਹੀ ਸਾਰੇ ਮਾਤਾ ਪਿਤਾ ਦੇ ਸਾਰੇ ਸੰਬੰਧੀਆਂ ਨੂੰ ਹੱਥ ਜੋੜ ਕੇ ਮੇਰੀ ਪੁਕਾਰ ਇੱਕੋ ਆਨੰਦਪੁਰੀ ਵੱਲ ਚੱਲੀਏ ਅਸੀਂ ਸਾਰੇ ਕਲਗੀ ਵਾਲੇ ਦਾ ਸੱਚਾ ਦਰਬਾਰ ਇੱਕੋ ਸਾਰੇ ਬਾਦਸ਼ਾਹ ਜਗਦੇ ਹਨ ਝੂਠੇ ਸੱਚੀ ਪਾਤਸ਼ਾਹ ਦੀ ਸੱਚੀ ਸਰਕਾਰ ਇੱਕੋ ਫੌਜ ਖਾਲਸਾ ਦੇ ਬਣੀਆਂ ਸਿਪਾਹੀ ਸਾਰੇ ਅੰਮ੍ਰਿਤ ਦਾਤੇ ਦੀ ਸੁਣ ਲਲਕਾਰ ਇੱਕੋ ਪੀਕੇ ਪਾਹੁਲ ਅਸੀਂ ਖੰਡੇ ਤਾਰ ਵਾਲੀ ਬਣ ਜਾਵਾਂਗੇ ਵੀਰ ਜਵਾਨ ਸਾਰੇ ਆਪਣਾ ਰੂਪ ਉਸ ਬਖਸ਼ਿਆ ਖਾਲਸੇ ਨੂੰ ਸਮਝੋ ਗੁਰੂ ਦੀ ਇਹਨੂੰ ਅਮਾਨ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸਾਹਮਣੇ ਇੱਕ ਲੈਕਚਰ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਅੰਮ੍ਰਿਤ ਇੱਕ ਪ੍ਰਣ ਕਈ ਸਿੱਖ ਅੰਮ੍ਰਿਤ ਨਹੀਂ ਛਕਦੇ ਉਹ ਡਰਦੇ ਹਨ ਕਿ ਉਹਨਾਂ ਕੋਲੋਂ ਅੰਮ੍ਰਿਤ ਦੀ ਬੇਅਦਬੀ ਨਾ ਹੋ ਜਾਵੇਗੀ
ਉਹ ਉਹਨਾਂ ਦੀ ਪੁੱਲ ਹੈ। ਹਰ ਇੱਕ ਧਰਮ ਵਿੱਚ ਦਾਖਲ ਹੋਣ ਵਾਸਤੇ ਪ੍ਰਣ ਲੈਣਾ ਪੈਂਦਾ ਹੈ। ਅੰਮ੍ਰਿਤ ਸਿੱਖੀ ਵਿੱਚ ਦਾਖਲ ਹੋਣ ਵਾਸਤੇ ਇੱਕ ਪ੍ਰਣ ਹੈ। ਇਸ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਅਤੇ ਪੰਜਾਂ ਪਿਆਰਿਆਂ ਦੀ ਦੱਸੀ ਗਈ ਰਹਿਤ ਮਰਿਆਦਾ 'ਤੇ ਚੱਲਣ ਦਾ ਪ੍ਰਣ। ਇਸ ਪ੍ਰਣ ਨੂੰ ਕਰਨ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ, ਧਰਮ ਦੀ ਸੱਚੀ ਅਤੇ ਸੁੱਚੀ ਕਿਰਤ ਕਰਦਾ ਹੈ, ਲੋੜਵੰਡਾਂ ਨਾਲ ਵੰਡ ਕੇ ਛਕਦਾ ਹੈ, ਸਰਬੱਤ ਦਾ ਭਲਾ ਮੰਗਦਾ ਹੈ। ਪੰਜ ਕਕਾਰਾਂ ਦੀ ਵਰਦੀ ਧਾਰਨ ਕਰਕੇ ਗੁਰੂ ਜੀ ਦਾ ਸੱਚਾ ਸਿੱਧਕੀ ਸਿੱਖ ਬਣਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਕੇਸਰ ਬੀਬੀ ਕਿਰਨਪ੍ਰੀਤ ਕੌਰ ਜੀ, ਹੁਣ ਮੈਂ ਵਿਨੈ ਕਰਾਂ ਕਿ ਜਸਨੂਰ ਕੌਰ ਅਤੇ ਬੀਬੀ ਜਸਨੂਰ ਕੌਰ ਆਪਣਾ ਲੈਕਚਰ ਸੰਤਾਂ ਦੇ ਅੱਗੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਆਓ ਗੁਰੂ ਪਿਤਾ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਨੂਰ ਕੌਰ ਹੈ ਅਤੇ ਮੈਂ ਅੱਜ ਆਪ ਜੀ ਦੇ ਸਾਹਮਣੇ ਇੱਕ ਲੈਕਚਰ ਪੇਸ਼ ਕਰਨ ਜਾ ਰਹੀ ਹਾਂ, ਜਿਸਦਾ ਸਿਰਲੇਖ ਹੈ ਅੰਮ੍ਰਿਤ ਵੇਲਾ ਅਤੇ ਸਾਧ ਸੰਗਤ। ਕਿਸੇ ਸਰੀਰਕ ਰੋਗ ਦਾ ਇਲਾਜ ਕਰਨ ਵਾਸਤੇ ਨੀਰੀ ਦਵਾਈ ਹੀ ਕਾਫੀ ਨਹੀਂ ਹੋਇਆ ਕਰਦੀ। ਇਹ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਦਵਾਈ, ਦੁੱਧ, ਪਾਣੀ, ਚਾਹ, ਸ਼ਰਬਤ ਆਦਿ ਕਿਸ ਚੀਜ਼ ਨਾਲ ਖਾਣੀ ਹੈ। ਕੋਈ ਦਵਾਈ ਖਾਲੀ ਪੇਟ ਸਵੇਰੇ ਹੀ ਖਾਣੀ ਹੁੰਦੀ ਹੈ, ਕੋਈ ਰੋਟੀ ਤੋਂ ਪਿੱਛੋਂ, ਕੋਈ ਪਹਿਲਾਂ। ਇਸੇ ਤਰ੍ਹਾਂ ਖੁਰਾਕ ਦਾ ਵੀ ਪੂਰਾ ਧਿਆਨ ਰੱਖਣਾ ਹੁੰਦਾ ਹੈ। ਕੋਈ ਚੀਜ਼ ਖਾਣੀ ਹੁੰਦੀ ਹੈ, ਕੋਈ ਨਹੀਂ ਖਾਣੀ ਹੁੰਦੀ। ਆਤਮਿਕ ਮਾਨਸਿਕ ਰੋਗਾਂ ਦੇ ਵੀ ਇਹੋ ਜਿਹੇ ਹੀ ਨਿਯਮ ਹੈ। ਰੋਗ ਹੈ ਜਗਤ ਦਾ ਮੋਹ ਅਤੇ ਇਸ ਦੀ ਦਵਾਈ ਹੈ ਪ੍ਰਭੂ ਚਰਨਾਂ ਵਿੱਚ ਜੁੜਨਾ। ਸੂਰਜ ਚੜ੍ਹਦੇ ਸਾਰ ਮਨੁੱਖ ਦੀ ਸੁਰ ਜਗਤ ਦੇ ਧੰਦਿਆਂ ਵਿੱਚ ਖਿੰਡ ਜਾਂਦੀ ਹੈ। ਦੁਨਿਆਵੀ ਕੰਮ ਵੀ ਮਨ ਲਾ ਕੇ ਕਿਤਿਆਂ ਹੀ ਸਿਰੇ ਚੜ੍ਹਦੇ ਹਨ ਅਤੇ ਮਨ ਇੱਕ ਪਾਸੇ ਹੀ ਲੱਗ ਸਕਦਾ ਹੈ। ਚਾਹੇ ਪ੍ਰਭੂ ਦੀ ਯਾਦ, ਦੋ ਜਾਣੇ ਵੀ ਮਿਲ ਕੇ ਗੁਰੂ ਦੀ ਬਾਣੀ ਪੜ੍ਹ ਰਹੇ ਹਨ, ਗਾ ਰਹੇ ਹਨ ਅਤੇ ਉਹ ਸਾਧ ਸੰਗਤ ਕਰ ਰਹੇ ਹਨ। ਇਹ ਸਾਧ ਸੰਗਤ ਇੱਕ ਸਕੂਲ ਹੈ ਜਿੱਥੋਂ ਮਨੁੱਖ ਨੇ ਉੱਚਾ ਆਤਮਿਕ ਜੀਵਨ ਸਿੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਬੱਚੀ ਜਸਨੂਰ ਕੌਰ ਨੇ ਦੱਸਿਆ ਹੈ ਕਿ ਸੰਗਤ ਜੋ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ ਅਤੇ ਇਹਦੇ ਲਈ ਭਾਈ ਨੰਦ ਲਾਲ ਜੀ ਦਾ ਫੁਰਮਾਨ ਹੈ, ਆ ਹਜ਼ੂਮੇ ਖੁਸ਼ ਕਿ ਮੇਰੇ ਬੰਦਗੀ ਈਜ਼, ਆ ਹਜ਼ੂਮੇ ਖੁਸ਼ ਕਿ ਮੇਰੇ ਜ਼ਿੰਦਗੀ ਈਜ਼। ਯਾਨੀ ਕਿ ਉਹ ਸੰਗਤ ਜਿਹਦੇ ਵਿੱਚੋਂ ਸਾਨੂੰ ਬੰਦਗੀ ਦੀ ਭਾਵਨਾ ਮਿਲੇ, ਜਿਹਦੇ ਵਿੱਚੋਂ ਸਾਨੂੰ ਜ਼ਿੰਦਗੀ ਜਿਉਣ ਦਾ ਅਸਲ ਪ੍ਰਿੰਸੀਪਲ ਮਿਲੇ, ਉਹਦੇ ਤੋਂ ਮੈਂ ਸਦਕੇ ਜਾਂਦਾ ਹਾਂ। ਅਤੇ ਹੁਣ ਮੈਂ ਵਿਨੈ ਕਰਾਂਗੀ ਬੱਚੀ ਰਵਨੀਤ ਕੌਰ ਅੱਗੇ ਕਿ ਉਹ ਆਪਣੀ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ। ਬੱਚੀ ਰਵਨੀਤ ਕੌਰ। ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਵਨੀਤ ਕੌਰ ਹੈ। ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ 10 ਵੇ ਜਲਾ ਦਾ। 10 ਵੇ ਜਲਾ ਦਾ ਮੇਰੇ ਪੋਤਿਆਂ ਦਾ ਹਾਲ, ਅੱਜ ਕੀ ਬੀਤੀ ਮੇਰੇ ਸੋਹਣਿਆਂ ਦੇ ਨਾਲ। 10 ਵੇ ਜਲਾ ਦਾ ਮੇਰੇ ਪੋਤਿਆਂ ਦਾ ਹਾਲ, ਅੱਜ ਕੀ ਬੀਤੀ ਮੇਰੇ ਸੋਹਣਿਆਂ ਦੇ ਨਾਲ। ਅਜੀਤ ਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ
का खालसा वाहेगुरु जी की फतेह। ऐसी बच्ची रिदमजीत कौर हुण मैं बिनय करांगी नवजीत कौर अगे करन। वाहेगुरु जी का खालसा वाहेगुरु जी की फतेह। मेरा नाम नवजीत कौर है। मैं आप जी के सामने कविता पेश करने जा रही हूं जिसका संलेख है सरहंदगढ़ अंदर लुपिनी सरहंदगढ़ अंदर मैनू दूर शहीदा दा दर्द से उस दर अंदर जद लंघिया मैं लुपिना कुर्बानी दा करद से उस करद एक एक इट अंदर सूहे रंग विच खून दर्द से उस खून अंदर जद जात मारी शाक्षात बैठा करगी दर्द से वाहेगुरु जी दा खालसा वाहेगुरु। कविता पेश करना चाहता हाँ जिसका सलेख है जेकर जियांगे जियांगे अड़क दे नाल जेकर मरांगे मरांगे शान दे नाल असी पुत्रां गुरु दशमेश जी दे असी पुत्रां गुरु दशमेश जी दे सदा सच दे पक्ते आन वाले सदा सच दे पक्ते आन वाले देश कौम दी धर्म दी क्षमा होते देश कौम दी धर्म दी क्षमा होते असी वांग पतंगे सन वाले असी वांग पतंगे सन वाले असी डरदे नहीं कदे भी मौत कोलो असी डरदे नहीं कदे भी मौत कोलो हस हस के चरखरिए चन वाले हस हस के चरखरिए चन वाले शीश रखे अपनी तली उते शीश रखे अपनी तली उते गलियार दी फिर वन वाले गलियार दी फिर वन वाले असी जन्मे खंडरी तार विचो असी जन्मे खंडरी तार विचो वड़े फलियां असी कृपान दे नाल वड़े फलियां असी कृपान दे नाल जेकर जियांगे जियांगे अर्घ दे नाल जेकर मरांगे मरांगे शान दे नाल। वाहिगुरु जी खालसा वाहिगुरु जी की फतेह। वाहिगुरु जी का खालसा वाहिगुरु जी की फतेह। एसी बच्चा हरविंदर सिंह हुण मैं बिनय करांगी प्रभजोत सिंह जी अगे कि ओह अपने विचारां राहीं संगतां नूं निहाल करन। बच्चा प्रभजोत सिंह। वाहेगुरु जी की फतेह। मेरा नाम प्रभजोत सिंह है। अज मैं आप जी के सामने एक कविता बोलांगा जिसका सुरलेख है असी हाँ कलगी धर दे लाल असी हाँ कलगी धर दे लाल उच्चे सुच्चे साडे ख्याल खंडे दा असी अमृत छकिया खंडे दा असी अमृत छकिया जिसका अंत न जाए लख्या कड़ा कछहरा ते कृपान कड़ा कछहरा ते कृपान जो कि सिखी दी है शान जो कि सिखी दी है शान कंगा रख के सा विचकार कंगा रख के सा विचकार करिए कैसा दा सत्कार करिए कैसा दा सत्कार बाणी विच ध्यान लगाइए वाहेगुरु वाहेगुरु मुखो गाइए बाणी विच ध्यान लगाइए वाहेगुरु वाहेगुरु मुखो गाइए साडा धर्म है सब तो न्यारा साडा धर्म है सब तो न्यारा खूनी जिसका इतिहास प्यारा गुरमत सिक्के असी सिखाउणी गुरमत सिक्के असी सिखाउणी अमृतधारी कौम बनाउणी अमृतधारी कौम बनाउणी करना सिक्खी दा प्रचार सारी दुनिया दे विचकार असी हाँ कलगी धर दे लाल उच्चे सुच्चे साडे ख्याल वाहेगुरु जी का खालसा वाह वाहेगुरु जी का खालसा वाहेगुरु जी की फतेह। ऐसी बच्चों विशेष जो अपने सैगमेंट रखा सी हुण मैं बिनय करांगी मलकीत सिंह जी बब्बर अगे जो कि गुरपंडक साहब आई जी एस जे एंड के प्रेजिडेंट ने उन्हें अगे बिनय करांगी कि वह संतों के सामने आके अपना लैक्चर जो अपने विचार रखन। वाहेगुरु जी का खालसा वाहेगुरु जी की फतेह। समागम जो विशेष तौर पर सिख सेवा दल पंजाब के नौजवानों ने उपराला किया है
ਅਤੇ ਪ੍ਰਬੰਧਕਾਂ ਨੇ ਸਹਿਯੋਗ ਵੀ ਦਿੱਤਾ ਅਤੇ ਇਸ ਵਿਸ਼ੇਸ਼ ਸਮਾਗਮ ਵਿੱਚ ਅੱਜ ਅਸੀਂ ਸਾਰੇ ਸਿੱਖ ਕੌਮ ਦੇ ਬੜੀ ਸਤਿਕਾਰਯੋਗ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸੋ ਮੇਰੇ ਵੱਲੋਂ ਅਤੇ ਸਾਡੇ ਜਥੇ ਗੁਰਮੁਖ ਟਕਸਾਲ ਵੱਲੋਂ ਆਪ ਜੀ ਸਾਰਿਆਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈਆਂ। ਵਿਸ਼ੇਸ਼ ਤੌਰ 'ਤੇ ਸਿੱਖ ਸੇਵਾ ਦਲ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਵਧਾਈਆਂ ਜੋ ਇੰਨੇ ਦੂਰ ਤੋਂ ਪੰਜਾਬ ਤੋਂ ਇੱਥੇ ਕਿਰਤ ਵਾਸੀ ਆਏ ਆ, ਪਰ ਜਦੋਂ ਵੀ ਸਮਾਂ ਉਹਨਾਂ ਨੂੰ ਮਿਲਦਾ ਤੇ ਉਹ ਸਿੱਖਾਂ ਨੂੰ ਪੰਥ ਨਾਲ ਗੁਰਬਾਣੀ ਨਾਲ ਇਤਿਹਾਸ ਨਾਲ ਜੋੜਨ ਦਾ ਜਿਹੜਾ ਉਪਰਾਲਾ ਕਰਦੇ ਆ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਤੁਸੀਂ ਸੁਣਿਆ ਬੀਬੀ ਜੀ ਕੋਲੋਂ, ਤੁਸੀਂ ਵਾਕਫ ਵੀ ਹੋ ਇਤਿਹਾਸ ਤੋਂ ਕਿ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਨਾਂ ਨੇ ਸਿੱਖੀ ਦਾ ਪ੍ਰਚਾਰ ਪੰਜਾਬ ਦੇ ਵੱਖੋ ਵੱਖ ਇਲਾਕਿਆਂ 'ਚ ਕੀਤਾ, ਕਿਸ ਤਰੀਕੇ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਨੂੰ ਵਸਾਇਆ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਫਿਰ ਇਸ ਪ੍ਰਚਾਰ ਨੂੰ ਆਉਣ ਵਾਲੇ ਜਿਹੜੇ ਅਗਲੇ ਗੁਰੂ ਸਾਹਿਬਾਨ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਪਰ ਵਿਰੋਧ ਨਹੀਂ, ਸਾਰਿਆਂ ਵਾਸਤੇ ਇੱਕੋ ਜਿਹਾ ਜਿਹੜਾ ਹਿਸਾਬ ਕਿਤਾਬ ਹੈ। ਉਹ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਜਿਵੇਂ ਸਿੱਖ ਵਾਸਤੇ ਖੁੱਲ੍ਹੇ ਆ, ਉਵੇਂ ਹਿੰਦੂ ਵਾਸਤੇ ਖੁੱਲ੍ਹੇ ਆ, ਉਵੇਂ ਮੁਸਲਮਾਨ ਵਾਸਤੇ ਖੁੱਲ੍ਹੇ ਆ। ਕਿਸੇ ਵੀ ਫਿਰਕੇ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਉਹਨੂੰ ਭੁੱਖ ਲੱਗੀ ਹੈ ਉਹਦੇ ਵਾਸਤੇ ਲੰਗਰ ਹਾਜ਼ਰ ਹੈ, ਉਹ ਬਿਮਾਰ ਹੈ ਉਹਦੇ ਵਾਸਤੇ ਦਵਾਈ ਹਾਜ਼ਰ ਹੈ, ਉਹਨੂੰ ਆਸਰਾ ਨਹੀਂ ਉਹਦੇ ਵਾਸਤੇ ਕਮਰੇ ਹਾਜ਼ਰ ਨੇ, ਸ਼ਰਨ ਗੁਰੂ ਦੀ ਹਾਜ਼ਰ ਹੈ। ਸੋ ਇੱਕ ਵੱਖਰਾ ਧਰਮ, ਇੱਕ ਵੱਖਰਾ ਕਲਚਰ, ਇੱਕ ਵੱਖਰਾ ਸਿਧਾਂਤ ਗੁਰੂ ਸਾਹਿਬਾਨਾਂ ਨੇ ਇਸ ਸਮਾਜ ਨੂੰ, ਇਸ ਦੁਨੀਆ ਨੂੰ, ਇਸ ਦੇਸ਼ ਨੂੰ ਦਿੱਤਾ ਹੈ। ਅਤੇ ਇਹੋ ਜਿਹਾ ਇਤਿਹਾਸ, ਇਹੋ ਜਿਹਾ ਸਥਾਨ, ਇਹੋ ਜਿਹੇ ਗੁਰੂ ਪੈਗੰਬਰ ਜਿਹੜੇ ਆ, ਦੁਨੀਆ ਦਾ ਕੋਈ ਵੀ ਤੁਸੀਂ ਇਤਿਹਾਸ ਵੇਖ ਲਓ ਉੱਥੇ ਨਹੀਂ ਮਿਲੂਗਾ, ਕਿਤੇ ਨਾ ਕਿਤੇ ਫਿਰਕਾ ਪ੍ਰਸਤੀ ਹੈ, ਕਿਤੇ ਨਾ ਕਿਤੇ ਭੇਦਭਾਵ ਹੈ। ਸੋ ਇਹੀ ਸਿਧਾਂਤ ਗੁਰੂਆਂ ਨੇ ਸਾਨੂੰ ਸਿਖਾਇਆ, ਜਿੱਥੇ ਧਰਮ ਨੂੰ ਉਹਨਾਂ ਨੇ ਪਹਿਲ ਦਿੱਤੀ ਉੱਥੇ ਸਿੱਖਾਂ ਨੂੰ ਸਿਆਸਤ ਬਾਰੇ ਵੀ ਸਿਖਾਇਆ ਗਿਆ। ਮੀਰੀ ਅਤੇ ਪੀਰੀ ਦਾ ਸਿਧਾਂਤ ਜੋ ਸਤਿਗੁਰ ਪਾਤਸ਼ਾਹ ਨੇ ਚਲਾਇਆ, ਉਹਦਾ ਮਕਸਦ ਇਹੀ ਸੀ ਕਿ ਸਿੱਖ ਜਿੱਥੇ ਧਰਮ ਦੇ ਨਾਲ ਜੁੜੇ ਉੱਥੇ ਸਿਆਸਤ ਨਾਲ ਜੁੜੇ। ਸਿਆਸਤ ਕਿਹੋ ਜਿਹੀ ਹੋਣੀ ਚਾਹੀਦੀ ਹੈ? ਜਿਹਦੇ ਨਾਲ ਧਰਮ ਦਾ ਭਲਾ ਹੋਵੇ। ਸਿਆਸਤ ਧਰਮ ਦੇ ਡੰਡੇ ਦੇ ਥੱਲੇ ਰਹਿਣੀ ਚਾਹੀਦੀ ਹੈ। ਸਿਆਸਤ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਸਾਡਾ ਨਿੱਜੀ ਮਫਾਦ ਜਿਹੜਾ ਹੈ ਉਹ ਪੂਰਾ ਹੋਵੇ। ਅਸੀਂ ਧਰਮ ਦੀ ਚੜ੍ਹਦੀ ਕਲਾ ਵਾਸਤੇ, ਧਰਮ ਦੇ ਪ੍ਰਚਾਰ ਵਾਸਤੇ, ਪ੍ਰਸਾਰ ਵਾਸਤੇ ਸਿਆਸਤ ਕਰਨੀ ਹੈ। ਸੋ ਇਸੀ ਸਿਆਸਤ ਅਤੇ ਧਰਮ ਦਾ ਜਿਹੜਾ ਸਿਧਾਂਤ ਸੀ, ਇਹ ਸਿਧਾਂਤ ਨੂੰ ਦਸਵੇਂ ਪਾਤਸ਼ਾਹ ਮੇਰੇ ਅਤੇ ਤੁਹਾਡੇ ਸਾਰਿਆਂ ਦੇ ਸਾਂਝੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਜ਼ਮੀ ਕਰ ਦਿੱਤਾ, ਆਪਣੇ 52 ਹੁਕਮਾਂ ਦੇ ਵਿੱਚ ਕਹਿ ਦਿੱਤਾ ਕਿ ਸਿੱਖ ਨੂੰ ਸਿਆਸਤ ਪੜ੍ਹਨੀ ਹੈ, ਸਿੱਖ ਨੂੰ ਸਿਆਸਤ ਕਰਨੀ ਹੈ, ਸਿੱਖ ਨੂੰ ਸਿਆਸਤ ਸਿੱਖਣੀ ਹੈ, ਬਸ਼ਰਤੇ ਸਿਆਸਤ ਧਰਮ ਦੇ ਭਲੇ ਵਾਸਤੇ ਹੋ। ਅੱਜ ਇਸ ਗੱਲ ਦਾ ਮੈਂ ਕਿਉਂ ਗੌਰ ਕਰ ਰਿਹਾ, ਕਿਉਂਕਿ ਜਿੱਥੇ ਸਿੱਖ ਅੱਜ ਧਰਮ ਉੱਤੇ ਪਿੱਛੇ ਹੋ ਰਹੇ ਆ, ਉੱਥੇ ਸਿਆਸਤ ਵੀ ਪਿੱਛੇ ਜਾ ਰਹੇ ਆ। ਸਾਡੇ ਆਲੇ ਦੁਆਲੇ ਧਾਰਮਿਕ ਅਤੇ ਸਿਆਸੀ ਹਮਲੇ ਜਿਹੜੇ ਆ, ਰਾਮ ਰਾਮ ਸੇ 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 ਰ
कौर Oh,
ਫੜ ਕੇ ਉਸ रंग रंग